ਮੋਹਾਲੀ ਪੁਲਿਸ ਦੇ ਹੱਥ ਇੱਕ ਵੱਡੀ ਕਾਮਯਾਬੀ ਲੱਗੀ ਹੈ। ਆਨਲਾਈਨ ਫੇਕ ਆਈਡੀ ਬਣਾ ਕੇ ਲੋਕਾਂ ਨਾਲ ਲੱਖਾਂ ਰੁਪਏ ਠੱਗੀ ਮਾਰਨ ਵਾਲੇ ਠੱਗ ਨੂੰ ਮੋਹਾਲੀ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ। ਦੱਸ ਦਈਏ ਕਿ ਆਪਣੀਆਂ ਫੇਕ ਆਈਡੀਆਂ ਬਣਾ ਕੇ ਉਹਦੇ ਉੱਤੇ IPS IAS ਅਧਿਕਾਰੀਆਂ ਦੀਆਂ ਫੋਟੋਆਂ ਲਗਾ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾਂਦਾ ਸੀ, ਲੋਕਾਂ ਨਾਲ ਠੱਗੀ ਮਾਰੀ ਜਾਂਦੀ ਸੀ ਔਰ ਫਰੋਤੀ ਮੰਗੀ ਜਾਂਦੀ ਸੀ ਔਰ ਆਨਲਾਈਨ ਸੇਲ ਪਰਚੇਜ ਦਾ ਡਰਾਮਾ ਰਚ ਕੇ ਲੋਕਾਂ ਕੋਲ ਲੱਖਾਂ ਰੁਪਏ ਜਿਹੜੇ ਠੱਗ ਲਏ ਜਾਂਦੇ ਸੀ। ਇਸ ਸੰਬੰਧੀ ਮੋਹਾਲੀ ਪੁਲਿਸ ਵੱਲੋਂ ਮੁਹੰਮਦ ਕੈਫ ਨਾਮਕ ਵਿਅਕਤੀ ਜੋ ਰਾਜਸਥਾਨ ਦਾ ਰਹਿਣ ਵਾਲਾ ਉਸਨੂੰ ਗ੍ਰਿਫਤਾਰ ਕੀਤਾ ਔਰ ਕਾਫੀ ਖੁਲਾਸੇ ਹੋਏ ਜਿਸ ਸੰਬੰਧੀ SSP ਮੋਹਾਲੀ ਜਿਹੜੇ ਹੈਗੇ ਉਹਨਾਂ ਨੇ ਕਾਫੀ ਜਿਹੜੀ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਆਪਾਂ ਤੁਹਾਨੂੰ ਦੱਸ ਦਈਏ ਕਿ ਅੱਜ ਕੱਲ੍ਹ ਜਿਹੜਾ ਹੈਗਾ ਇੱਕ ਬਹੁਤ ਤਗੜਾ ਇੱਕ ਘੁਟਾਲਾ ਜਿਹੜਾ ਇੱਕ ਘਪਲਾ ਇੱਕ ਧਾਂਜਲੀ ਚੱਲ ਰਹੀ ਹੈ ਕਿ ਪੁਲਿਸ ਅਫਸਰਾਂ ਦੀ ਫੇਕ ID ਬਣਾ ਕੇ ਉਹਨਾਂ ਦੇ ਫੇਕ ਨੰਬਰਾਂ ਤੋਂ ਇੱਕ ਕਾਲ ਆਉਂਦੀ ਹੈ ਕਿ ਤੁਹਾਡੇ ਬੱਚੇ ਨੂੰ ਤੁਹਾਡੇ ਰਿਸ਼ਤੇਦਾਰ ਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਗਿਆ ਫਲਾਣੇ ਥਾਣੇ ਤੋਂ ਆਪਾਂ ਬੋਲਦੇ SHO ਬੋਲ ਰਿਹਾ ਜਾਂ DSP ਬੋਲ ਰਿਹਾ ਔਰ ਛੱਡਣ ਦੇ ਨਾਮ 'ਤੇ ਜਿਹੜੇ ਲੱਖਾਂ ਰੁਪਏ ਮੰਗੇ ਜਾਂਦੇ ਔਰ ਫੇਕ ਆਈਡੀਆਂ ਦੇ ਉੱਤੇ ਫੇਕ ਅਕਾਊਂਟਾਂ ਦੇ ਵਿੱਚ ਪਵਾ ਲਏ ਜਾਂਦੇ। ਇਸ ਸੰਬੰਧੀ ਕਾਫੀ ਅੱਜ ਕੱਲ੍ਹ ਜਿਹੜੀ ਚਰਚਾ ਦਾ ਵਿਸ਼ਾ ਬਣਿਆ ਹੋਇਆ। ਇਸ ਤੋਂ ਇਲਾਵਾ ਜਿਹੜੀ ਦੱਸ ਦਈਏ ਕਿ ਇਹ ਜੋ ਕਾਲਾਂ ਹੈਗੀਆਂ ਸਾਰੀ ਵਿਦੇਸ਼ੀ ਨੰਬਰਾਂ ਤੋਂ ਜ਼ਿਆਦਾਤਰ +92 ਨੰਬਰਾਂ ਤੋਂ ਜਿਹੜੀ ਕਾਲ ਆਉਂਦੀ ਹੈਗੀ ਔਰ ਉਹਨਾਂ ਦੇ ਉੱਪਰ ਪੁਲਿਸ ਅਧਿਕਾਰੀਆਂ ਨੇ ਜਿਹੜੀ ID ਲੱਗੀ ਹੁੰਦੀ ਆ, ਫੋਟੋਆਂ ਲੱਗੀਆਂ ਹੁੰਦੀਆਂ, ਲੋਕ ਘਬਰਾ ਜਾਂਦੇ ਹੈਗੇ ਔਰ ਜਿਹੜਾ ਫਰੌਤੀ ਜਿਹੜੀ ਮੰਗੀ ਜਾਂਦੀ ਹੈਗੀ ਉਹ ਦੇਣ ਦੇ ਵਿੱਚ ਜਿਹੜੇ ਹੈਗਾ ਡਰ ਜਾਂਦੇ ਹੈਗੇ ਔਰ ਫਰੌਤੀਆਂ ਦੇ ਦਿੱਤੀਆਂ ਜਾਂਦੀਆਂ। ਇੱਥੇ ਦੱਸ ਦਈਏ ਕਿ ਇਸ ਸੰਬੰਧੀ ਜਿਹੜਾ ਨੇੜਲੇ ਪੁਲਿਸ ਸਟੇਸ਼ਨ ਨੂੰ ਨੇੜਲੇ SSP ਦਫ਼ਤਰ ਜਿਹੜਾ ਇਨਫੋਰਮ ਕਰੋ ਤਾਂ ਜੋ ਅਜਿਹੇ ਜਿਹੜੇ ਫਰੌਡ ਹੈਗੇ ਉਹਨਾਂ ਤੋਂ ਜਿਹੜਾ ਬਚਿਆ ਜਾ ਸਕੇ। ਦੱਸ ਦਈਏ ਕਿ ਜਿਹੜਾ ਆਨਲਾਈਨ ਵੱਡੀਆਂ ਠੱਗੀਆਂ ਮਾਰਦਾ ਸੀ ਫੇਸਬੁੱਕ ਦੀਆਂ ਆਈਡੀਆਂ, ਫੇਸਬੁੱਕ ਤੋਂ ਇਲਾਵਾ ਜਿਹੜੀ ਗੱਲ ਕਰੀਏ OLX ਦੀਆਂ ਜਿਹੜੀਆਂ ਹੈਗੀਆਂ ਔਰ ਕਾਫੀ ਜਿਹੜੀ ਹੋਰ ਆਨਲਾਈਨ ਸੇਲ ਦਾ ਜਿਹੜਾ ਡਰਾਮਾ ਰਚ ਕੇ ਲੋਕਾਂ ਕੋਲ ਲੱਖਾਂ ਰੁਪਏ ਜਿਹੜੇ ਲੁੱਟੇ ਜਾਂਦੇ ਸੀ, ਉਸ ਸੰਬੰਧੀ ਮੁਹੰਮਦ ਕੈਫ ਨੂੰ ਮੋਹਾਲੀ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ। ਫੇਸਬੁੱਕ ਦੇ ਰਾਹੀਂ ਠੱਗੀ ਮਾਰਨ ਦਾ ਕੇਸ ਹੈ, ਉਹ 'ਚ ਆਪਾਂ ਰੈਗੂਲਰਲੀ ਦੇਖਦੇ ਹਾਂ ਕਿ ਕਾਫੀ ਇਨਫਲੂਐਂਸ਼ੀਅਲ ਬੰਦਿਆਂ ਦੀ ਜਾਂ ਕੋਈ ਸੀਨੀਅਰ ਪੋਲੀਟੀਸ਼ੀਅਨ ਦੀ ਜਾਂ ਸੀਨੀਅਰ ਅਫਸਰਸ ਦੀਆਂ ਜਾਲੀ ਫੇਸਬੁੱਕ ਆਈਡੀਆਂ ਬਣਾ ਲੈਂਦੇ ਆ ਅਤੇ ਉਦੋਂ ਬਾਅਦ ਉਹ ਉਹਨਾਂ ਦੇ ਦੋਸਤਾਂ ਨੂੰ ਜਾਂ ਉਹਨਾਂ ਦੇ ਜਿਹੜੇ ਕੰਟੈਕਟਸ ਹੈ ਉਹਨਾਂ ਨਾਲ ਤਾਲਮੇਲ ਕਰਦੇ ਆ ਫੇਸਬੁੱਕ ਰਾਹੀਂ ਅਤੇ ਉਹਨਾਂ ਤੋਂ ਪੈਸੇ ਦੀ ਮੰਗ ਕਰਦੇ ਹੈ ਕਿਸੇ ਨਾ ਕਿਸੇ ਬਹਾਨੇ। ਤਾਂ ਉਸੇ ਦੀ ਲੜੀ ਦੇ ਵਿੱਚ ਸਾਡੇ ਇੱਕ ਧਿਆਨ 'ਚ ਆਇਆ ਮੈਟਰ ਜਿਹਦੇ ਵਿੱਚ ਪੰਜਾਬ ਪੁਲਿਸ ਦੇ ਔਫਿਸਰਸ ਦੀ ਇਹ ਫੇਸਬੁੱਕ ID ਜਾਲੀ ਬਣਾਉਂਦੇ ਸੀਗੇ ਅਤੇ ਉਹ ਜਾਲੀ ਫੇਸਬੁੱਕ ID ਰਾਹੀਂ ਫਿਰ ਉਹ ਲੋਕਾਂ ਨੂੰ ਕੰਟੈਕਟ ਕਰਦੇ ਸੀਗੇ ਅਤੇ ਕੰਟੈਕਟ ਕਰਕੇ ਫਿਰ ਉਹਨਾਂ ਨੂੰ ਕਿਸੇ ਨਾ ਕਿਸੇ ਬਹਾਨੇ, ਜਿਵੇਂ ਇਸ ਸਪੈਸੀਫਿਕ ਕੇਸ ਦੇ ਵਿੱਚ ਉਹ ਬੰਦਾ ਕਹਿੰਦਾ ਸੀਗਾ ਕਿ ਮਤਲਬ ਔਫਿਸਰ ਦੇ ਤੌਰ 'ਤੇ ਕਹਿੰਦਾ ਸੀ ਜੀ ਕਿ ਮੇਰਾ ਇੱਕ ਦੋਸਤ ਹੈ ਆਰਮੀ ਦੇ ਵਿੱਚ ਹੈ, CASF ਦੇ ਵਿੱਚ ਹੈ ਅਤੇ ਉਹਦੀ ਟ੍ਰਾਂਸਫਰ ਹੋ ਗਈ ਹੈ ਅਤੇ ਉਹਨੇ ਆਪਦਾ ਲਗੇਜ ਜਿਹੜਾ ਹੈਗਾ ਉਹ ਵੇਚਣਾ ਹੈ, ਇੱਥੇ ਵੇਚ ਕੇ ਜਾਣਾ ਹੈ ਕਿਉਂਕਿ ਉਹਦੀ ਰੂਹ ਟ੍ਰਾਂਸਫਰ ਹੋਈ ਹੈ ਅਤੇ ਤੁਸੀਂ ਇਹ ਲਗੇਜ ਜਿਹੜਾ ਹੈਗਾ ਸਸਤੇ ਰੇਟ 'ਤੇ ਖਰੀਦ ਲਓ। ਤਾਂ ਉਹ ਲਗੇਜ ਵਗੈਰਾ ਜਾਂ ਫਰਨੀਚਰ ਵਗੈਰਾ ਤਾਂ ਕੀ ਹੁੰਦਾ ਸੀ, ਉਹ ਬੰਦਾ ਆਪਦੇ ਅਕਾਊਂਟ 'ਚ ਪੈਸੇ ਪਾ ਲੈਂਦਾ ਸੀਗਾ ਅਤੇ ਉਦੋਂ ਬਾਅਦ ਉਹ ਗਾਇਬ ਹੋ ਜਾਂਦਾ ਸੀ। ਤਾਂ ਇਹ ਸਾਰੇ ਅਕਾਊਂਟ ਸੀਗੇ ਉਹ ਵੀ ਫੇਕ ਸੀਗੇ ਸਾਰੇ, ਜਿਨ੍ਹਾਂ ਦੇ ਬੈਂਕ ਅਕਾਊਂਟ 'ਚ ਪੈਸੇ ਪਾਉਂਦੇ ਸੀ, ਜਿਹੜੇ ਮੋਬਾਈਲ ਨੰਬਰ ਸੀਗੇ ਉਹ ਵੀ ਫੇਕ ID 'ਤੇ ਲਿੱਤੇ ਹੋਏ ਸੀਗੇ। ਇਹ ਵਨ ਆਫ ਦਾ ਇੰਸੀਡੈਂਟ ਸੀ ਜਿਹੜੇ ਸਾਡੇ ਧਿਆਨ 'ਚ ਆਇਆ। ਤਾਂ ਇਹਦੇ ਰਿਗਾਰਡਿੰਗ ਇੱਕ ਜਿਹੜਾ ਮੇਨ ਬੰਦਾ ਹੈਗਾ ਉਹ ਅਸੀਂ ਰਾਜਸਥਾਨ ਤੋਂ ਜਿਹੜਾ ਹੈਗਾ ਅਰੈਸਟ ਕਰ ਲਿਆ, ਮੁਹੰਮਦ ਕੈਫ ਉਰਫ ਕੈਫ। ਇਹ BCA ਫਾਈਨਲ BCA 3rd year ਦਾ ਇਹ ਸਟੂਡੈਂਟ ਹੈ ਅਤੇ ਅਲਵਰ ਰਾਜਸਥਾਨ ਦਾ ਰਹਿਣ ਵਾਲਾ ਅਤੇ ਇਹਨੇ ਪੜ੍ਹਿਆ ਲਿਖਿਆ ਅੰਗਰੇਜ਼ੀ ਬੋਲਣ ਵਾਲਾ ਮੁੰਡਾ ਇਹ ਅਤੇ ਵਧੀਆ ਇਹ ਅੱਡ ਅੱਡ ਤਰ੍ਹਾਂ ਦਾ ਇਹਨੇ ਫਰੋਡ ਸ਼ੁਰੂ ਕੀਤਾ ਹੋਇਆ ਸੀਗਾ, ਜਿਵੇਂ ਕਿ ਫੇਸਬੁੱਕ ਫੇਕ ਐਡਵਰਟਾਈਜਮੈਂਟ ਆਪਾਂ ਰੈਗੂਲਰਲੀ ਦੇਖਦੇ ਹੀ ਹਾਂ, ਮੀਡੀਆ 'ਚ ਵੀ ਸੋਸ਼ਲ ਮੀਡੀਆ 'ਤੇ ਦੇਖਦੇ ਹਾਂ ਕਿ ਐਡਵਰਟਾਈਜਮੈਂਟ ਪਾ ਦਿੰਦੇ ਆ ਫੇਕ
ਕਿ ਸਾਡੇ ਕੋਲ ਆਹ ਸਮਾਨ ਮਿਲਦਾ। ਜਦੋਂ ਬੰਦਾ ਕੰਟੈਕਟ ਕਰਦਾ ਫਿਰ ਇਹ ਕਹਿੰਦੇ ਜੀ ਕਿ ਅਸੀਂ ਤਾਂ ਜੀ ਪੁਲਿਸ ਅਫਸਰ ਹੈ ਜਾਂ ਆਰਮੀ ਅਫਸਰ ਹੈ, ਅਤੇ ਉਹ ਬੰਦਾ ਤਾਂ ਕਿ ਭਰੋਸਾ ਡਿਵੈਲਪ ਕਰ ਲਏ ਅਤੇ ਉਹਦੇ 'ਚ ਟ੍ਰਾਂਸਫਰ ਫੀਸ ਦੇ ਨਾਮ 'ਤੇ 10-20% ਉਹ ਤੋਂ ਪਵਾ ਲੈਂਦੇ, ਫਿਰ ਗਾਇਬ ਹੋ ਜਾਂਦੇ। ਸਿਮੀਲਰਲੀ OLX ਦੇ ਨਾਮ 'ਤੇ ਫੇਕ ਐਡਵਰਟਾਈਜ਼ਮੈਂਟ, ਅਤੇ ਉਸ ਤੋਂ ਇਲਾਵਾ ਸੇਲ ਐਂਡ ਪਰਚੇਜ਼ ਆਫ ਓਲਡ ਕੋਇਨਸ, ਯੂਟਿਊਬ ਦੇ ਉੱਤੇ ਇਹਨਾਂ ਨੇ ਨਵਾਂ ਸ਼ੁਰੂ ਕੀਤਾ ਸੀ ਓਲਡ ਕੋਇਨਸ ਦੀ ਸੇਲ ਐਂਡ ਪਰਚੇਜ਼ ਦਾ, ਉਹਦੇ ਬੇਸਿਸ 'ਤੇ 10% ਐਡਵਾਂਸ ਪੇਮੈਂਟ ਲੈ ਕੇ, ਅਤੇ ਉਹ ਤੋਂ ਬਾਅਦ ਗਾਇਬ। ਅਤੇ ਉਹ ਤੋਂ ਬਾਅਦ ਨੈਕਸਟ ਜਿਹੜਾ ਸੀਗਾ ਲੋਨ, ਮੋਬਾਈਲ ਰਾਹੀਂ ਇਹ ਘੱਟ ਵਿਆਜ ਦੇ ਜਿਹੜੇ ਮੈਸੇਜ ਕਰਕੇ ਲੋਨ ਰਾਹੀਂ, ਲੋਨ ਫਰੋਡ ਜਿਹਨੂੰ ਆਪਾਂ ਕਹਿੰਦੇ ਹਾਂ, ਕਿ ਘੱਟ ਰੇਟ 'ਤੇ ਲੋਨ ਪ੍ਰੋਵਾਈਡ ਕਰਨ ਦੇ, ਲੋਨ ਪ੍ਰੋਸੈਸਿੰਗ ਦੇ ਨਾਮ 'ਤੇ ਪੈਸੇ ਲੈ ਲੈਂਦੇ ਸੀਗੇ, ਅਤੇ ਉਹ ਤੋਂ ਬਾਅਦ ਇਹ ਫਿਰ ਉਹ ਤੋਂ ਬਾਅਦ ਭੱਜ ਜਾਂਦੇ ਸੀਗੇ ਫੋਨ ਆਫ ਕਰਕੇ। ਤਾਂ ਇਹ ਜਿਹੜਾ ਇਹ ਬੰਦਾ ਸੀ, ਮੇਨ ਬੰਦਾ ਇਹਦੇ ਵਿੱਚ ਇਨਵੋਲਵ ਸੀਗਾ, ਅਤੇ ਬਾਕੀ ਵੀ ਜਿਹੜੇ ਇਹਦੀ ਹੈਲਪ ਕਰਦੇ ਸੀ ਜਾਲੀ ਬੈਂਕ ਅਕਾਊਂਟਸ ਵਾਲੇ ਜਾਂ ਫਿਰ ਜਾਲੀ ਮੋਬਾਈਲ ਨੰਬਰ ਪ੍ਰੋਵਾਈਡ ਕਰਨ ਵਾਲੇ, ਉਹਨਾਂ ਦੇ ਖਿਲਾਫ਼ ਵੀ ਜਿਹੜੀ ਹੈ ਕਾਰਵਾਈ ਕੀਤੀ ਜਾ ਰਹੀ ਹੈ। ਅਤੇ ਮੈਂ ਬਲਕਿ ਤੁਹਾਡੇ ਮਾਧਿਅਮ ਤੋਂ ਸਾਰਿਆਂ ਨੂੰ ਇਹ ਵੀ ਕਹਿਣਾ ਚਾਹੂੰਗਾ ਕਿ ਇਹ ਜਿਹੜੇ ਫੇਕ ਆਈਡੀਜ਼ ਵਾਲੇ ਹੁੰਦੇ ਆ, ਇਹਨਾਂ ਦੇ ਫਰੋਡ ਦੇ ਜਾਂ ਇਹਨਾਂ ਦੇ ਝਾਂਸੇ ਦੇ ਵਿੱਚ ਨਾ ਆਓ ਤੁਸੀਂ। ਜਿਹੜੇ ਇਹ ਐਡਵਾਂਸ ਪੈਸਾ ਪਵਾਉਣ ਵਾਲੇ ਜਾਂ ਇਸ ਟਾਈਪ ਦੇ ਵਿੱਚ, ਇਹ ਮੋਸਟਲੀ ਫਰੋਡ ਹੀ ਹੁੰਦੇ ਨੇ। ਤੁਸੀਂ ਆਪਣਾ ਪ੍ਰੋਪਰ ਵੇਰੀਫਾਈ ਕਰੋ ਬੰਦੇ ਨੂੰ, ਤੁਸੀਂ ਕੋਈ ਔਨਲਾਈਨ ਪਰਚੇਜ਼ ਕਰਨੀ ਹੈ ਤਾਂ ਵੀ ਪਹਿਲਾਂ ਜਿਹੜੀ ਪ੍ਰੋਪਰ ਵੈਬਸਾਈਟਸ ਹੈਗੀਆਂ, ਔਥੈਂਟੀਕੇਟਡ ਵੈਬਸਾਈਟਸ ਆ, ਉਹਨਾਂ ਤੋਂ ਪਰਚੇਜ਼ ਕਰੋ, ਉਹਨਾਂ ਨੂੰ ਵੇਰੀਫਾਈ ਕਰਕੇ ਉਹਨਾਂ ਤੋਂ ਪਰਚੇਜ਼ ਕਰੋ। ਅਤੇ ਇਹ ਜਿਹੜੇ ਸਸਤੇ ਰੇਟ ਦੇ ਵਿੱਚ ਲੋਨ ਵਾਲੇ ਹੈਗੇ ਆ, ਇਹ ਵੀ ਕਾਫੀ ਹੱਦ ਤੱਕ ਫਰੋਡ ਹੁੰਦੇ। ਜਿਹੜੇ ਪ੍ਰੋਪਰ ਇੰਸਟੀਟਿਊਸ਼ਨ ਹੈਗੇ ਆ, ਬੈਂਕਸ ਐਨ ਬੀ ਐਫ ਸੀਜ਼ ਹੈ, ਤੁਸੀਂ ਉਹਨਾਂ ਤੋਂ ਹੀ ਜਿਹੜਾ ਲੋਨ ਹੈ ਉਹ ਲਓ। ਸਰ, ਇਸ ਕੇਸ 'ਚ ਪਾਰਟੀਕੁਲਰ ਕੇਸ 'ਚ ਕੋਈ ਪੰਜਾਬ ਦੇ ਸੀਨੀਅਰ ਆਫੀਸਰ ਦੀ ਫੋਟੋ ਲਾ ਕੇ ਤੱਕੀ ਮਾਰੀ ਸੀ, ਕਿਸ ਤਰ੍ਹਾਂ VIP? 3-4 ਸੀਨੀਅਰ ਆਫੀਸਰ ਸੀਗੇ, ਮੈਂ ਜਾਣ ਬੁੱਝ ਕੇ ਨਾਮ ਨਹੀਂ ਲੈਣਾ ਚਾਹ ਰਿਹਾ ਪ੍ਰੈਸ ਕਾਨਫਰੰਸ ਦੇ ਵਿੱਚ, ਬਟ 3-4 ਆਫੀਸਰਸ ਦੇ ਨਾਮ 'ਤੇ ਇਹ ਚਲਾ ਰਹੇ ਸੀਗੇ। ਸਾਡੇ ਕੋਲ ਸਾਰੇ ਇਹਨਾਂ ਦੇ ਮੋਬਾਈਲਸ ਬਰਾਮਦ ਹੋਏ ਨੇ, ਅਤੇ ਉਹਦੇ ਵਿੱਚ ਸਾਰੀ ਉਹਨਾਂ ਦੀ ਜਿਹੜੀ ਜਾਲੀ ਫੇਸਬੁੱਕ ਆਈਡੀਜ਼ ਚੱਲ ਰਹੀਆਂ, ਉਹਨਾਂ ਦੀ ਡਿਟੇਲਸ ਵੀ ਬਰਾਮਦ ਹੋਈਆਂ ਸਾਨੂੰ ਸਾਰੀਆਂ। ਕਿੰਨੇ ਲੋਕਾਂ ਨਾਲ ਠੱਗੀ ਕੀਤੀ ਹੈ ਤੇ ਕਿੰਨੇ? ਇਹ ਹਜੇ ਤੱਕ ਤਾਂ ਸਾਨੂੰ ਪੰਜਾਬ ਪੁਲਿਸ ਦੇ ਹੀ ਆਫੀਸਰ ਜਿਹੜੇ ਹੈਗੇ ਆ ਉਹ ਇਹਨਾਂ ਦੀ ਆਈਡੀ 'ਚੋਂ ਮਿਲਿਆ, ਬਾਕੀ ਇਹਨਾਂ ਦਾ ਮੋਬਾਈਲ ਜਿਹੜਾ ਫੋਰੈਂਸਿਕ ਵਾਸਤੇ ਵੀ ਭੇਜਿਆ ਗਿਆ, ਅਤੇ ਉਹ 'ਚ ਹੋਰ ਵੀ ਚੀਜ਼ਾਂ ਸਾਹਮਣੇ ਆਉਂਦੀਆਂ। ਕਿੰਨੇ ਲੋਕਾਂ ਨਾਲ? ਸਪੈਸੀਫਿਕ ਡੇਟਾ ਨਹੀਂ ਹੈ, ਕਿਉਂਕਿ ਠੱਗੀਆਂ ਦਾ ਜਿਹੜਾ ਅਮਾਊਂਟ ਸੀਗਾ ਉਹ ਬੜਾ ਛੋਟਾ, ਕਿਸੇ ਤੋਂ 20,000, ਕਿਸੇ ਤੋਂ 50,000, ਕਿਸੇ ਤੋਂ 1,00,000 ਰੁਪਇਆ, ਮਤਲਬ ਉਸ ਟਾਈਪ ਦਾ ਅਮਾਊਂਟ ਸੀਗਾ। ਤਾਂ ਆਪਾਂ ਕਹਿ ਸਕਦੇ ਹਾਂ ਕਿ ਸ਼ਾਇਦ ਉਹਨਾਂ ਨੇ 50-60 ਬੰਦਿਆਂ ਨਾਲ, 100 ਬੰਦਿਆਂ ਨਾਲ ਠੱਗੀ ਮਾਰੀ ਸੀ। ਠੱਗੀ ਮਾਰਨ ਦਾ ਰਸਤਾ ਦੇਖੋ, ਜਿਹੜਾ ਕਿ ਮੋਬਾਈਲ ਯੂਜ ਕਰਦੇ ਸੀ, ਮੋਬਾਈਲ ਜਿਹੜਾ ਜਦੋਂ ਵੀ ਸਿਮ ਲੈਂਦੇ ਆ, ਥੰਬ ਵਗੈਰਾ ਲੱਗਦੇ ਆ, ਉਹ ਕੋਈ ਨਿਗਾਹ ਚਾਹਿਆ ਵੀ ਕਿਹਦੇ ਪਲੈਟਿਸ। ਉਹ ਸਾਰੀ ਚੀਜ਼ ਮੈਂ ਪਹਿਲਾਂ ਹੀ ਕਿਹਾ ਕਿ ਦੋਨੋਂ ਪਾਸੇ, ਕਿ ਫੇਕ ਬੈਂਕ ਅਕਾਊਂਟ ਕਿਵੇਂ ਬਣੇ, ਕਿਹਨੇ ਬਣਾਏ, ਅਤੇ ਕਿਹਦੀ ਜਾਲੀ ਆਈਡੀਜ਼ 'ਤੇ ਬਣਿਆ, ਉਹਨਾਂ ਦੇ ਖਿਲਾਫ਼ ਵੀ ਕਾਰਵਾਈ ਹੋਏਗੀ। ਪਲੱਸ ਉਹਦੇ ਨਾਲ ਨਾਲ ਜਿਹੜੇ ਜਾਲੀ ਆਈਡੀਜ਼ ਦੇ ਬੇਸਿਸ 'ਤੇ ਫੇਕ, ਤਾਂ ਉਹੀ ਹੈ ਕਿ ਆਧਾਰ ਜਾਲੀ ਬਣਾ ਕੇ ਉਹਦੇ ਬੇਸਿਸ 'ਤੇ ਮੋਬਾਈਲ ਨੰਬਰ ਇਸ਼ੂ ਹੋਇਆ ਹੋਇਆ, ਉਹਦੇ ਖਿਲਾਫ਼ ਵੀ ਕਾਰਵਾਈ ਇਹਦੇ ਕੇਸ ਦੇ ਵਿੱਚ ਕੀਤੀ। ਸਰ, ਇਹ ਸਾਈਬਰ ਠੱਗੀ ਦਾ ਦਾਇਰਾ ਲਗਾਤਾਰ, ਅਤੇ ਹੁਣ ਪੁਲਿਸ ਇਸ ਤਰ੍ਹਾਂ ਦਾ ਕੁਝ ਕਰ ਰਹੀ ਹੈ, ਕਿਉਂਕਿ ਗੂਗਲ 'ਤੇ ਵੀ ਕੋਈ ਸਰਚ ਮਾਰੋ, ਉਹਨਾਂ ਨੇ ਆਪਣਾ ਨੰਬਰ ਦਿੱਤਾ ਹੋਇਆ, ਕਈ ਇਸ ਤਰ੍ਹਾਂ ਦੇ ਕੇਸਿਸ ਆਏ। ਤਾਂ ਪੁਲਿਸ ਕੋਈ ਗੂਗਲ ਨੂੰ ਜਾਂ ਅੱਗੇ ਜਿਹੜਾ ਸੋਸ਼ਲ ਮੀਡੀਆ ਪਲੇਟਫਾਰਮ ਹੈ ਅਤੇ ਲੋਕ ਟਰੱਸਟ ਕਰਦੀ, ਉਹਨਾਂ ਨੂੰ ਕੁਝ ਲਿਖ ਰਹੀ ਹੈ ਕਿ ਇਸ ਤਰ੍ਹਾਂ ਦੀ ਜਿਹੜਾ ਹੈਗਾ ਲੋਕ ਜਿਹੜਾ ਹੈਗਾ ਇਹ 'ਚ ਇਨ ਜਨਰਲ ਵੀ ਜਿਹੜੇ ਵੀ ਸੋਸ਼ਲ ਮੀਡੀਆ ਅਦਾਰੇ ਹੈ ਉਹਨਾਂ ਵੱਲੋਂ ਆਪਣੇ ਤੌਰ 'ਤੇ ਵੀ ਪ੍ਰੀਕੋਸ਼ਨ ਜਿਹੜੇ ਲਿੱਤੇ ਜਾਂਦੇ ਹੈ, ਉਹ ਰੈਗੂਲਰ ਟੱਚ ਜਿਹੜੀ ਲੋਅ ਇਨਫੋਰਸਮੈਂਟ ਏਜੰਸੀਜ਼ ਦੇ ਨਾਲ ਸਾਰੇ ਰੈਗੂਲਰ ਟੱਚ ਦੇ ਵਿੱਚ ਵੀ ਹੁੰਦੇ ਹੈ। ਕੋਈ ਵੀ ਇਸ ਟਾਈਪ ਦੀ ਇਨਫੋਰਮੇਸ਼ਨ ਹੁੰਦੀ ਹੈ ਉਹ ਸ਼ੇਅਰਿੰਗ ਵੀ ਰੈਗੂਲਰ ਸਾਡੀ ਹੁੰਦੀ ਹੈ, ਇਨਫੈਕਟ ਜੇ ਸਾਨੂੰ ਡੇਟਾ ਉਹਨਾਂ ਤੋਂ ਮਿਲਦਾ ਤਾਂ ਹੀ ਅਸੀਂ ਇਹਨਾਂ ਨੂੰ ਟਰੇਸ ਕਰ ਪਾਉਂਦੇ ਹਾਂ।